ਜੋ ਕਿ ਅੱਜ ਸਾਰਿਆਂ ਨੇ ਮੇਰੀ ਵੀਡੀਓ ਦੇਖੀ ਹੋਣੀ ਆ ਅਜੇ ਦੇਵਗਨ ਦੇ ਨਾਲ ਉਹਨੂੰ ਲਾਹਣਤਾ ਪਾਉਂਦੇ ਹੋਏ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਮੋਰਚੇ ਨੂੰ ਲੈ ਕੇ ਉਹਨੇ ਗਲਤ ਬਿਆਨ ਦਿੱਤੇ ਸੀ ਜੋ ਟਵੀਟਾਂ ਦੇ ਜਿੰਨੇ ਵੀ ਐਕਟਰ ਬਾਲੀਵੁੱਡ ਦੇ ਤੇ ਉਦੋਂ ਬਾਅਦ ਉਹ ਬੰਦੇ ਨੇ ਮੇਰੇ ਉੱਤੇ ਐਕਸ਼ਨ ਲਿਆ ਪੁਲਿਸ ਨੂੰ ਭੇਜਿਆ ਮੈਨੂੰ ਕੰਮ ਤੋਂ ਚੁਕਾਇਆ ਚਾਰ ਗੱਡੀਆਂ ਪੁਲਿਸ ਦੀਆਂ ਲੈ ਕੇ ਆਈਆਂ ਮੈਨੂੰ ਪੁਲਿਸ ਚੱਕ ਕੇ ਲੈ ਕੇ ਗਈ ਇਸੇ ਦੇ ਚੱਲਦੇ ਸਰਦਾਰ ਰਾਜਦੀਪ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਦੇ ਉੱਤੇ ਧਾਰਾਂ ਲਾਈਆਂ ਗਈਆਂ 341 504 506 ਮਾਰਨ ਦੀ ਧਮਕੀ ਦੇਣਾ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਮੇਰੀ ਜ਼ਮਾਨਤ ਹੋ ਗਈ ਹੈ ਤੇ ਮੈਂ ਘਰ ਪਹੁੰਚ ਚੁੱਕਿਆ ਹਾਂ बीते दिन एक वीडियो सोशल मीडिया ते खूब वायरल हो रही सी जिस विच एक व्यक्ति वालों बॉलीवुड एक्टर अजय देवगन दी गड्डी रोकी गई सी ते उन्हां वालों अजय देवगन खिलाफ किसानां दा साथ ना देण कारण नारेबाजी भी की गई सी ते तुहानूं दस दईए कि इस घटना तो बाद राजदीप सिंह धालीवाल नूं पुलिस वालों गिरफ्तार कर लिया गया सी पर हुण उन्हां दी जमानत हो गई है जिसकी जानकारी मनजिंदर सरसा ने सांझी की है नाल ही उन्होंने DSGMC कानूनी टीम ते मुंबई च रहन वाले वकील अमृतपाल सिंह खालसा दा भी विशेष धन्नवाद कीता राजदीप सिंह मुंबई तो जो कि अज सारिआं ने मेरी वीडियो देखी होनी है अजय देवगन दे नाल उहनूं लाहणता पाउंदे होए किसानां दे मुद्दे नूं लैके किसान मोर्चे नूं लैके उहने गलत बयान दित्ते सी जो ट्वीटां ते जिन्ने भी एक्टर बालीवुड दे ਤੇ ਉਹਨਾਂ ਦੇ ਖਿਲਾਫ ਮੈਂ ਆਵਾਜ਼ ਚੁੱਕੀ ਸੀ ਅੱਜ ਮੈਨੂੰ ਅਜੇ ਦੇਵਗਨ ਰੋਡ ਤੇ ਮਿਲਿਆ ਤੇ ਮੈਂ ਉਹਦੇ ਬਰਾਬਰ ਵਿਰੋਧ ਕੀਤਾ ਉਹਨੂੰ ਰੋਸ ਕੀਤਾ ਉਹਦੇ ਮੂਹਰੇ ਮੈਂ ਤੇ ਉਦੋਂ ਬਾਅਦ ਉਹ ਬੰਦੇ ਨੇ ਮੇਰੇ ਉੱਤੇ ਐਕਸ਼ਨ ਲਿਆ ਪੁਲਿਸ ਨੂੰ ਭੇਜਿਆ ਮੈਨੂੰ ਕੰਮ ਤੋਂ ਚੁਕਾਇਆ ਚਾਰ ਗੱਡੀਆਂ ਪੁਲਿਸ ਦੀਆਂ ਲੈ ਕੇ ਆਈਆਂ ਮੈਨੂੰ ਪੁਲਿਸ ਚੱਕ ਕੇ ਲੈ ਕੇ ਗਈ ਤੇ ਫਿਰ ਵੀਰ ਆਪਣੇ ਅੰਮ੍ਰਿਤਪਾਲ ਸਿੰਘ ਜੀ ਕਲਿਆਣ ਦੇ ਜਿਹੜੇ ਆਪਣੇ ਵਕੀਲ ਨੇ ਵੀਰ ਹੋਰ ਸਿੰਘ ਸਾਹਿਬ ਆਪਣੇ ਭਾਈ ਸਾਹਿਬ ਮਨਜਿੰਦਰ ਸਿੰਘ ਸਿਰਸਾ ਜੀ ਦਿੱਲੀ ਵਾਲੇ ਜਿਹੜੀ ਫੌਜ ਆ ਉਹਨਾਂ ਨੇ ਫੋਨ ਕੀਤੇ ਬਹੁਤ ਬਹੁਤ ਉੱਪਰੋਂ ਬਹੁਤ ਹੋਰ ਸਿੰਘਾਂ ਦੇ ਫੋਨ ਮਲਾੜ ਗੁਰੂ ਘਰ ਤੋਂ ਦਾਦਰ ਗੁਰੂ ਘਰ ਸਿੰਘ ਸਭਾ ਗੁਰੂ ਘਰ ਤੋਂ GDB ਨਗਰ ਤੋਂ ਸਭ ਦੇ ਫੋਨ ਆਏ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਮੇਰੀ ਜ਼ਮਾਨਤ ਹੋ ਗਈ ਹੈ ਤੇ ਮੈਂ ਘਰ ਪਹੁੰਚ ਚੁੱਕਿਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅੱਜ ਦੁਪਹਿਰੇ ਮੁੰਬਈ ਪੁਲਿਸ ਨੇ ਰਾਜਦੀਪ ਸਿੰਘ ਧਾਲੀਵਾਲ ਜਿਨ੍ਹਾਂ ਨੇ ਅਜੇ ਦੇਵਗਨ ਦੀ ਗੱਡੀ ਰੋਕ ਕੇ ਕੇਵਲ ਉਹਨੂੰ ਇਹ ਕਿਹਾ ਸੀ ਕਿ ਤੈਨੂੰ ਕਿਸਾਨੀ ਹੱਕ 'ਚ ਭੁਗਤਣਾ ਚਾਹੀਦਾ ਹੈ ਤੂੰ ਚੁੱਪ ਕਿਉਂ ਆ ਤੁਸੀਂ ਗੁਰੂ ਦੀਆਂ ਸਿੱਖ ਦੀਆਂ ਦਸਤਾਰਾਂ ਬੰਨ ਬੰਨ ਕੇ ਮੂਵੀਆਂ 'ਚੋਂ ਪੈਸੇ ਕਮਾਉਂਦੇ ਰਹੇ ਔਰ ਅੱਜ ਜਦੋਂ ਕਿਸਾਨਾਂ ਨਾਲ ਖੜੇ ਹੋਣ ਦਾ ਵੇਲਾ ਆਇਆ ਤਾਂ ਤੁਸੀਂ ਮੂੰਹ ਬੰਦ ਕਰ ਲਿਆ ਇਸੇ ਦੇ ਚੱਲਦੇ ਸਰਦਾਰ ਰਾਜਦੀਪ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਦੇ ਉੱਤੇ ਧਾਰਾਂ ਲਾਈਆਂ ਗਈਆਂ 341 504 506 ਮਾਰਨ ਦੀ ਧਮਕੀ ਦੇਣਾ ਔਰ ਉਹਨੂੰ ਅਰੈਸਟ ਕੀਤਾ ਗਿਆ ਅਸੀਂ ਸ਼ਾਮ ਦੇ ਹੀ ਮੁੰਬਈ ਪੁਲਿਸ ਦੇ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਸੀ ਅਸੀਂ ਸਾਰਿਆਂ ਨੇ ਆਪਣੀ ਟਿਕਟਾਂ ਵੀ ਕਰਾ ਲਈਆਂ ਮੈਂ ਸਰਦਾਰ ਹਰਮੀਤ ਸਿੰਘ ਕਾਲਕਾ ਕੱਲ੍ਹ ਉੱਥੇ ਜਾ ਰਹੇ ਸੀ ਜਦੋਂ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਕਿ ਅਸੀਂ ਸਵੇਰੇ 9 ਵਜੇ ਪੁਲਿਸ ਸਟੇਸ਼ਨ ਪਹੁੰਚ ਰਹੇ ਹਾਂ ਅਤੇ ਹੁਣੇ ਥੋੜ੍ਹੀ ਦੇਰ ਪਹਿਲਾਂ ਮੇਰੇ ਨੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਉਹਨਾਂ ਨੇ ਸਾਡੇ ਨਾਲ ਇੱਕ ਕਮਿਟ ਕੀਤਾ ਹੈ ਕਿ ਤੁਸੀਂ ਆਪਣਾ ਵਕੀਲ ਭੇਜੋ ਅਤੇ ਅਸੀਂ ਹੁਣੇ ਨੂੰ ਛੱਡਣ ਨੂੰ ਤਿਆਰ ਹਾਂ ਹੁਣੇ ਅਮਰਦੀਪ ਸਿੰਘ ਖਾਲਸਾ ਜੋ ਕਿ ਸਾਡੇ ਐਡਵੋਕੇਟ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਕਿ ਸਾਡੇ ਐਡਵੋਕੇਟ ਨੇ ਉਹ ਔਰ ਮੁੰਬਈ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਉਹ ਪਹੁੰਚ ਰਹੇ ਨੇ ਔਰ ਹੁਣੇ ਉਹਦੀ ਜ਼ਮਾਨਤ ਦੇ ਕੇ ਅਤੇ ਖਾਲਸਾ ਜੀ ਨੂੰ ਹੁਣੇ ਹੀ ਥਾਣੇ 'ਚੋਂ ਬਾਹਰ ਲੈ ਕੇ ਆਉਣਗੇ ਮੈਂ ਧੰਨਵਾਦ ਕਰਦਾ ਸਾਡੇ ਐਡਵੋਕੇਟ ਸਾਹਿਬ ਦਾ ਜਿਨ੍ਹਾਂ ਨੇ ਰਾਤੋ ਰਾਤ ਹੁਣੇ ਤੁਰ ਪਏ ਔਰ ਉਹਨਾਂ ਕਿਹਾ ਕਿ ਮੈਂ 10 ਮਿੰਟ 'ਚ ਉੱਥੇ ਪਹੁੰਚ ਕੇ ਅਤੇ ਸਾਰੇ ਕਾਗਜ਼ੀ ਕਾਰਵਾਈ ਪੂਰੀ ਕਰਾਉਣਾ ਹੈ ਔਰ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਦੇਸ਼ ਔਰ ਦੁਨੀਆ ਭਰ ਦੇ ਉਹਨਾਂ ਲੋਕਾਂ ਦਾ ਜਿਹੜੀ ਕਿਸਾਨੀ ਦੀ ਆਵਾਜ਼ ਨੂੰ ਬੁਲੰਦ ਰੱਖੇ ਹੋਏ ਨੇ ਔਰ ਸਾਡੀ ਇਸ ਲੜਾਈ ਸਾਡਾ ਸਾਥ ਦੇ ਰਹੇ ਨੇ ਜਿੱਥੇ ਅਸੀਂ ਤਿਹਾੜ ਜੇਲ੍ਹ ਦੇ ਬਾਹਰ ਖੜ੍ਹੇ ਹਾਂ ਇੱਥੇ ਵੀ ਅੱਜ ਅਸੀਂ ਕੋਈ 13 ਸਿੰਘ ਜਿਹੜੇ ਨੇ ਅੱਜ ਇੱਥੋਂ ਵੀ ਰਿਹਾਅ ਕਰਾਵਾਂਗੇ ਹੁਣ ਥੋੜ੍ਹੀ ਦੇਰ ਬਾਅਦ ਤੁਹਾਨੂੰ ਉਹ ਵੀ ਵੀਡੀਓ ਪਾਵਾਂਗੇ ਪਰ ਇਹ ਕਿਸਾਨਾਂ ਦੀ ਬੜੀ ਵੱਡੀ ਜਿੱਤ ਆ ਰੋਜ਼ ਜਿੱਤ ਹੋ ਰਹੀ ਆ ਅੱਜ ਜੇਕਰ ਇੱਕ ਸਾਡੇ ਵੀਰ ਨੂੰ ਫੜਿਆ ਪਰ ਅਸੀਂ ਇੱਕਜੁੱਟ ਹੋ ਕੇ ਲੜਾਈ ਲੜੀ ਔਰ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਮਹਾਰਾਸ਼ਟਰ ਦੀ ਪੁਲਿਸ ਨੂੰ ਛੱਡਣ ਨੂੰ ਮਜਬੂਰ ਹੋਈ ਆ ਸੋ ਮੈਂ ਬਹੁਤ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਥੋੜ੍ਹੀ ਦੇਰ 'ਚ ਹੀ ਧਾਲੀਵਾਲ ਸਾਹਿਬ ਬਾਹਰ ਆਉਣਗੇ ਔਰ ਆਪਣੇ ਨਾਲ ਗੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਬਿਊਰੋ ਰਿਪੋਰਟ ਰੰਗਲਾ TV